हम तुसी चेक करो भी आज अपना मेन सचखंड आ गया तख्त श्री हजूर साहब का जिहड़ा मेन सचखंड है ना मेन गुरद्वारा तो बाद अगे एक निक्की जी क्लिप आ उनू इंजॉय करो करो दर्शन सचखंड श्री हजूर साहब रात जो असी ये सचखंड की तुम क्लिप देखी है उदो असी मत्था नहीं टेका सी उदो असी जस्ट एक देख गए थे क्योंकि साढ़े नाल दादी आए हुए सानू प्लैनिंग करके तुरना पैंदा भी कि जगह किन्नी वाड़ते क्योंकि तुर नहीं सकते सो असी इस करके देख गए थे क्योंकि उत्थे असी फिर उन्होंने आटो ते लै गए आ हुण असी ना सुबह 1:30 बजे जा रहे हैं गागर साहब गागर लैन जांदे ना बाबा जी उत्थे जा रहे हैं सामने तुसी चैक करो गुरद्वारा लंगर साहब आ एनआरआई नवास स्थान तो आके सामने गुरद्वारा लंगर साहब आ देखो आ टैक्सी खड़ी है ना ये तुसी इहदा नंबर नोट कर लेने हैं क्योंकि जो तुसी किते भी जाना जिवें कि तुसी कर्नाटका नानक झीरे जाना तुसी इन्हां नूं फोन करो एक दिन पहला बुक करो तो तुसी नानक झीरे जा सकते हैं इन्हां गड्डियां ते इह मैनूं उम्मीद भी 4600-5000 रुपया लेंदे जे तुसी परसनल करा के ले जाने हैं जे तुसी संगत दे नाल टैंपू ट्रैवल ते जाने हैं वो साडे तों 350-400 रुपया सवारी का लऊगा सामने देखो भी तुसी गुरद्वारा लंगर साहिब आ गया इदों खब्बे मुड़ के गदावरी नदी आ सज्जे मुड़ के सचखंड आ हुण असी सुबह 1:30 बजे असी 12 बजे उठे सी 12 बजे उठ के इशनान पानी करके तो हुण असी 1:30 बजे उधर नूं चले आ सचखंड नूं उत्थों बाबा जी दे नाल गागर लैण आवांगे बाबा जी दे नाल रलिया नहीं जांदा बाबा जी तो धन श्री गुरु गोबिंद पातशाह की इन्नी कु मेहर है ना कि आपां उन्हां दे नाल रल नहीं सकते सामने देखो संगत बैठी हुई है ना ये गागर वाले बाबा जी की कोई वेट करती पई आ
ਇਹ ਇੱਥੋਂ ਸੰਗਤ ਰਲੂਗੀ ਜਿਹੜੀਆਂ ਮਾਈਆਂ ਤੋਂ ਤੁਰਿਆ ਨਹੀਂ ਜਾਂਦਾ ਟਾਟ ਵਿਛਾਏ ਹੋਏ ਆ ਨਾ ਸੰਗਤ ਇੱਥੇ ਬੈਠ ਕੇ ਉਹਨਾਂ ਦੀ ਵੇਟ ਕਰਦੀ ਆ ਵੀ ਇੱਥੋਂ ਨਾਲ ਰਲ ਜਾਏ ਕਿਉਂਕਿ ਇੱਥੋਂ ਗੋਦਾਵਰੀ ਨਦੀ ਨੂੰ ਸਿਰਫ 2 ਮਿੰਟ ਦਾ ਰਸਤਾ ਸਾਹਮਣੇ ਗੋਦਾਵਰੀ ਨਦੀ ਆ ਸੰਗਤ ਇੱਥੋਂ ਰਲ ਜਾਂਦੀ ਆ ਗੁਰਦੁਆਰਾ ਲੰਗਰ ਸਾਹਿਬ ਬਾਬਾ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰਵਾ ਰਹੇ ਆ ਸੰਗਤ ਤੋਂ ਸੰਗਤ ਸਾਰੀ ਕੁਛ ਕੁ ਸੰਗਤ ਇੱਥੇ ਬੈਠ ਜਾਂਦੀ ਆ ਕੁਛ ਕੁ ਜਿਹਨਾਂ ਤੋਂ ਤੁਰਿਆ ਜਾਂਦਾ ਉਹ ਸੱਚਖੰਡ ਪਹੁੰਚ ਜਾਂਦੀ ਆ ਅਸੀਂ ਹੁਣ ਜਾ ਰਹੇ ਹਾਂ ਸੱਚਖੰਡ ਤੁਹਾਨੂੰ ਅੱਗੇ ਅੱਗੇ ਦਿਖਾਊਂਗਾ ਵੀ ਕਿਵੇਂ ਬਾਬਾ ਜੀ ਗਾਗਰ ਲੈਣ ਜਾਂਦੇ ਆ ਕਿੰਨੀ ਸੰਗਤ ਆ ਕਿਵੇਂ ਸੰਗਤ ਦਾ ਮਾਹੌਲ ਆ ਕਿਵੇਂ ਹੁੰਦਾ ਸਾਰਾ ਕੁਛ ਤੁਹਾਨੂੰ ਸਾਰਾ ਕੁਛ ਦਿਖਾਊਂਗਾ ਪਰ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਆ ਵੀ ਜਦੋਂ ਤੁਸੀਂ ਇੱਥੇ ਆਉਣਾ ਬਸ ਬੁੱਕ ਕਰਕੇ ਆਉਣਾ ਦੇਖੋ ਜਦੋਂ ਅਸੀਂ ਆਏ ਸੀ ਨਾ ਆਉਣ ਸਾਰ ਸਾਨੂੰ ਬੱਸਾਂ ਨੇ ਇੱਥੇ ਤਾਰਿਆ ਸੀ ਇਹ ਬਾਬਾ ਬੁੱਢਾ ਜੀ ਦਾ ਨਿਵਾਸ ਸਥਾਨ ਆ ਤੁਸੀਂ ਇੱਥੇ ਵੀ ਕਮਰਾ ਲੈ ਸਕਦੇ ਆ ਦੇਖੋ ਜਮ੍ਹਾਂ ਸ਼ਾਂਤੀ ਪਈ ਆ ਸੰਗਤ ਹੌਲੀ 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 ਦੋ ਦੋ ਚਾਰ ਚਾਰ ਜਾਣੇ ਕਰਕੇ ਤੁਰੇ ਜਾਂਦੇ ਪਰ ਸੰਗਤ ਨਾ ਕੁਛ ਰਸਤੇ 'ਚ ਜ਼ਿਆਦਾ ਖੜ ਜਾਂਦੀ ਆ ਵੀ ਅਸੀਂ ਰਸਤੇ 'ਚ ਨਾਲ ਰਲ ਜਾਏ ਕਿਉਂਕਿ ਬਾਬਾ ਜੀ ਨਾਲ ਰਲਿਆ ਹੀ ਨਹੀਂ ਜਾਂਦਾ ਜੇ ਤੁਸੀਂ ਕਹੋ ਨਾ ਵੀ ਮੈਂ ਬਾਬਾ ਜੀ ਦੇ ਨਾਲ 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 ਤੁਰਿਆ ਜਾਊਂਗਾ ਨਹੀਂ ਤੁਰਿਆ ਜਾਂਦਾ ਮੈਂ ਵੀ ਕੁਛ ਕੁ ਟਾਈਮ ਤੁਰਿਆ ਸੀ ਅੱਗੇ ਅੱਗੇ ਤੁਹਾਨੂੰ ਕਲਿੱਪਾਂ ਦਿਖਾਉਂਦਾ ਵੀ ਕਿਵੇਂ ਬਾਬਾ ਜੀ ਜਾ ਰਹੇ ਆ ਕਿੰਨੀ ਸੰਗਤ ਆ ਕਿਵੇਂ ਗੋਦਾਵਰੀ ਨਦੀ ਦੇ ਵਿੱਚੋਂ ਗਾਗਰ ਭਰਦੇ ਆ ਕਿਵੇਂ ਕੀ ਹੁੰਦਾ ਬਾਕੀ ਮੈਂ ਮਾਫ਼ੀ ਚਾਹੁੰਦਾ ਵੀ ਮੇਰੇ ਤੋਂ ਪੁਰਾਣਾ ਵਲੋਗ ਡਿਲੀਟ ਹੋ ਗਿਆ ਠੀਕ ਆ ਬਾਕੀ ਤੁਹਾਨੂੰ ਪਤਾ ਹੈ ਕਿ ਮੇਰਾ ਇਹ ਪਹਿਲਾ ਟਾਈਮ ਆ ਫਸਟ ਪਹਿਲੀ ਵਾਰੀ ਮੈਂ ਐਡਿਟ ਕਰ ਰਿਹਾ ਪਹਿਲੀ ਵਾਰੀ ਬੋਲ ਰਿਹਾ ਸਾਰਾ ਕੁਛ ਪਹਿਲੀ ਵਾਰੀ ਆ ਮੈਨੂੰ ਇੰਨਾ ਐਕਸਪੀਰੀਅੰਸ ਹੈ ਨੀਗਾ ਜਿਵੇਂ ਜਿਵੇਂ ਮੈਨੂੰ ਐਕਸਪੀਰੀਅੰਸ ਆਊਗਾ ਨਾ ਮੈਂ ਉਵੇਂ ਉਵੇਂ ਕੁਛ ਨਾ ਕੁਛ ਵਧੀਆ ਕਰੂੰਗਾ ਪਰ ਹਜੇ ਮੈਨੂੰ 1% ਦਾ ਵੀ ਐਕਸਪੀਰੀਅੰਸ ਨਹੀਂ ਗਾ ਵੀ ਮੈਂ ਕਿਵੇਂ ਬੋਲਣਾ ਕਿਵੇਂ ਕੀ ਕਰਨਾ ਠੀਕ ਆ ਹੁਣ ਤੁਸੀਂ ਅੱਗੇ ਚੈੱਕ ਕਰਿਓ ਵੀ ਅਸੀਂ ਜਦੋਂ ਸੱਚਖੰਡ ਪਹੁੰਚਾਂਗੇ ਆਹ ਆਲੇ ਦੁਆਲੇ ਜੋ ਵੀ ਮੈਂ ਤੁਹਾਨੂੰ ਦਿਖਾ ਰਿਹਾ ਨਾ ਇਹ ਸਰਾਵਾਂ ਹੀ ਆ ਜਿੱਥੇ ਤੁਸੀਂ ਆ ਕੇ ਰਹਿੰਦੇ ਹੋ ਲੰਗਰ ਹਾਲ ਆ ਸਰਾਵਾਂ ਵੱਖ ਵੱਖ ਬਾਬਾ ਜੀ ਦੀਆਂ ਸਰਾਵਾਂ ਠੀਕ ਹੈ ਹੁਣ ਤੁਸੀਂ ਅੱਗੇ ਚੈੱਕ ਕਰੋ ਇੱਥੇ ਪਾਣੀ ਦੀ ਸੇਵਾ ਇਹ 24 ਘੰਟੇ ਆ ਇੱਥੇ ਜਲ ਦਾ ਲੰਗਰ ਨਾ 24 ਘੰਟੇ ਚੱਲਦਾ ਰਹਿੰਦਾ ਹੁਣ ਤੁਸੀਂ ਅੱਗੇ ਚੈੱਕ ਕਰੋ ਅਸੀਂ ਸੱਚਖੰਡ ਦੇ ਅੰਦਰ ਐਂਟਰ ਹੋਏ ਹਾਂ ਦੇਖੋ ਕਿੰਨੀ ਸ਼ਾਂਤੀ ਆ ਸਾਹਮਣੇ ਸੱਚਖੰਡ ਆ ਨਿਸ਼ਾਨ ਸਾਹਿਬ ਲੱਗੇ ਹੋਏ ਆ ਦੋ ਇੱਧਰ ਖੱਬੇ ਪਾਸੇ ਉਹ ਜਿੱਥੇ ਬਾਬਾ ਜੀ ਹੁਣੀ ਬੈਠੇ ਆ ਨਾ ਉੱਥੇ ਸੁਬਾਹ ਜਿਵੇਂ ਹੁਣ ਸੰਗਤ ਜਿਵੇਂ ਹੁਣ ਅਸੀਂ ਆਏ ਹਾਂ ਇੱਕ ਚਾਹ ਦਾ ਮਤਲਬ ਵੱਡੀ ਕੈਟਲ ਰੱਖੀ ਹੁੰਦੀ ਆ ਵੀ ਸੰਗਤ ਆ ਕੇ 1:30 ਵਜੇ ਚਾਹ ਪੀਵੇ ਅਤੇ ਬੈਠੇ ਉੱਥੇ ਦਾ ਮਤਲਬ ਦਰਸ਼ਨ ਕਰੇ ਬਾਬਾ ਜੀ ਦੇ ਹੁਣ ਹਜੇ ਤਾਂ ਇੱਥੇ ਕੁਛ ਵੀ ਨਹੀਂ ਨਾ ਕਿਉਂਕਿ ਅਸੀਂ ਬਹੁਤ ਜਲਦੀ ਆ ਗਏ ਸਾਨੂੰ ਪਤਾ ਨਹੀਂ ਸੀ ਹੌਲੀ ਹੌਲੀ ਦੇਖਿਓ ਆ ਸਾਰਾ ਭਰ ਜਾਣਾ ਜਦੋਂ ਬਾਬਾ ਜੀ ਨੇ ਗਾਗਰ ਲੈਣ ਜਾਣੀ ਹੈ ਨਾ ਇਹ ਸਾਰਾ ਭਰ ਜਾਣਾ ਬਾਕੀ ਤੁਸੀਂ ਨਿਸ਼ਾਨ ਸਾਹਿਬ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਜਿਹੜੀ ਵੀ ਸੈਂਟਰ ਦੇ ਵਿੱਚ ਲੜੀ ਪਾਈ ਹੋਈ ਹੈ ਨਾ ਇੰਨੀ ਕੁ ਦੂਰੋਂ ਦਿਖਦੀ ਆ ਬਹੁਤ ਸੋਹਣੀ ਲੱਗਦੀ ਆ ਬਹੁਤ ਸੋਹਣਾ ਸੱਚਖੰਡ ਆ ਬਹੁਤ ਸ਼ਾਂਤੀ ਆ ਇੱਥੇ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਨਹੀਂ ਆਇਆ ਨਾ ਇੱਕ ਵਾਰੀ ਤੁਸੀਂ ਇੱਥੇ ਆਓ ਤੁਸੀਂ ਤੁਹਾਡੇ ਸਾਰੇ ਦੁੱਖ ਦਰਦ ਸਭ ਕੁਛ ਕੱਟਿਆ ਜਾਊਗਾ ਇੰਨੀ ਕੁ ਇੱਥੇ ਸ਼ਾਂਤੀ ਆ ਆਹ ਸਾਹਮਣੇ ਇਤਿਹਾਸਿਕ ਬੌਲੀ ਆ ਇਹ ਤਾਂ ਤੁਹਾਨੂੰ ਮੈਂ ਅੱਗੇ ਦੱਸੂਗਾ ਵੀ ਇਹਦਾ ਕੀ ਇਤਿਹਾਸ ਆ ਕਿਵੇਂ ਆ ਇੱਥੋਂ ਵੀ ਬਾਬਾ ਜੀ ਇੱਕ ਗਾਗਰ ਭਰਦੇ ਆ ਹੁਣ ਅੱਗੇ ਅੱਗੇ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਵਿਊ ਆਉਂਦਾ ਜਾਂਦਾ ਕਿੰਨਾ ਸੋਹਣਾ ਦ੍ਰਿਸ਼ ਆ ਪੂਰੀ ਫੁੱਲ ਸ਼ਾਂਤੀ ਆ ਕੋਈ ਚੀਜ਼ ਨਹੀਂ ਕੋਈ ਮੈਂ ਨਹੀਂ ਆਪਾਂ ਤਾਂ ਇੱਥੇ ਰਹਿੰਦੇ ਯਾਰ ਦੁਨੀਆਦਾਰੀ ਦੀਆਂ ਦੁਨਿਆਵੀ ਗੱਲਾਂ ਦੇ ਵਿੱਚ ਫਸੇ ਹੋਏ ਹਾਂ ਇੱਥੋਂ ਨਿਕਲੋ ਜਦੋਂ ਜਦੋਂ ਜਿਹਦਾ ਜਿਹਦਾ ਟਾਈਮ ਲੱਗਦਾ ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਪਤਾ ਇੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਹਾਜ਼ਰ ਨਾ ਹਾਜ਼ਰ ਰਹਿੰਦੇ ਉਹ 60 ਸਾਲ ਤੱਕ ਆਪਦੇ ਸਿੱਖ ਦੀ ਵੇਟ ਕਰਦੇ ਆ ਵੀ ਉਹ ਇੱਥੇ ਆਊਗਾ ਹੀ ਆਊਗਾ 60 ਸਾਲ ਤੋਂ ਬਾਅਦ ਤਾਂ ਕੀ ਕਹਿ ਸਕਦੇ ਹਾਂ ਹੁਣ ਅੱਗੇ ਤੁਸੀਂ ਦੇਖੋ ਨਿੱਕੀ ਜਿਹੀ ਕਲੈਪਾ ਨਿਸ਼ਾਨ ਸਾਹਿਬ ਦੀ ਇੰਜੋਏ ਕਰੋ ਬਾਬਾ ਜੀ ਦੇਖੋ ਵੀ ਸਾਰੀ ਸੰਗਤ ਹੁਣ ਬਾਬਾ ਜੀ ਦੇ ਨਾਲ ਜਾਂਦੀ ਪਈ ਹੈ ਸਾਹਮਣੇ ਬਾਬਾ ਜੀ ਆ ਰਹੇ ਆ ਗਾਗਰ ਭਰਨ ਜਾਂਦੇ ਹੋਏ ਕਰੋ ਦਰਸ਼ਨ ਬਾਬਾ ਜੀ ਦੇ ਕਰੋ ਨਮਸਕਾਰ ਅੱਗੇ ਅੱਗੇ ਤੁਹਾਨੂੰ ਦਿਖਾਉਂਦਾ ਵੀ ਕਿੰਨੀ ਸ਼ਾਂਤੀ ਆ ਕਿੰਨਾ ਬਾਬਾ ਜੀ ਦਾ ਪ੍ਰੇਮ ਪਿਆਰ ਆ ਕਿੰਨੀ ਸੰਗਤ ਆ ਅੱਗੇ ਵਾਹਿਗੁਰੂ ਦਾ ਜਾਪ ਹੋਊਗਾ ਸੁਣੋ ਤੁਸੀਂ ਇਹ ਦੇਖੋ ਵੀ ਬਾਬਾ ਜੀ
ਤੁਰੇ ਜਾ ਰਹੇ ਆ ਤੁਰੇ ਜਾ ਰਹੇ ਆ ਪਰ ਸੰਗਤ ਤੋਂ ਨਾਲ ਨਹੀਂ ਰਲੇ ਹੁੰਦੇ ਕੁਛ ਕੁ ਦੇਖੋ ਵੀ ਲੋਕ ਸੇਵਾਦਾਰ ਬਹੁਤ ਬੇਨਤੀ ਕਰਦੇ ਵੀ ਥੋੜ੍ਹਾ ਸਾਈਡ 'ਤੇ ਹੋ ਕੇ ਚੱਲੋ ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਵੀ ਸਮਝ ਹੀ ਨਹੀਂ ਆਉਂਦੀ ਇਸ ਚੀਜ਼ ਦੀ ਤੁਸੀਂ ਦਰਸ਼ਨ ਕਰੋ ਬਾਬਾ ਜੀ ਦੇ ਰੱਬੀ ਰੂਹ ਦੇ ਦਰਸ਼ਨ ਕਰੋ ਅਤੇ ਬਾਬਾ ਜੀ ਦੇ ਨਾਲ ਚੱਲੋ ਦੇਖੋ ਆਹ ਗੋਦਾਵਰੀ ਨਦੀ 'ਤੇ ਸਾਰੇ ਪਹੁੰਚ ਚੁੱਕੇ ਆ ਹੁਣ ਇੱਥੋਂ ਬਾਬਾ ਜੀ ਮੈਂ ਬਹੁਤ ਪਿੱਛੇ ਰਹਿ ਗਿਆ ਸੀ ਮੇਰੇ ਤੋਂ ਵੀ ਰਲਿਆ ਨਹੀਂ ਗਿਆ ਠੀਕ ਹੈ ਕਿਉਂਕਿ ਮੈਂ ਵੀ ਦਰਸ਼ਨ ਕਰਨੇ ਸੀ ਕੁਛ ਕੁ ਮੈਂ ਤੁਹਾਨੂੰ ਦਰਸ਼ਨ ਕਰਵਾਉਣੇ ਸੀ ਵੀਡੀਓ ਬਣਾਉਣੀ ਸੀ ਮੈਂ ਪਿੱਛੇ ਰਹਿ ਗਿਆ ਚਲੋ ਕੋਈ ਚੱਕਰ ਨਹੀਂ ਦੇਖੋ ਵੀ ਤੁਸੀਂ ਹੁਣ ਸਾਰੀ ਸੰਗਤ ਉਹ ਸਾਹਮਣੇ ਗੋਦਾਵਰੀ ਨਦੀ ਹੈ ਹਨੇਰਾ ਦਿਖਦਾ ਨਹੀਂ ਅੱਗੇ ਤੁਹਾਨੂੰ ਦਿਖਾਊਂਗਾ ਕਿਉਂਕਿ ਅਸੀਂ ਸਪੈਸ਼ਲ ਗਏ ਸੀ ਗੋਦਾਵਰੀ ਨਦੀ 'ਤੇ ਸਾਹਮਣੇ ਗਾਗਰ ਕੌਂਡਾ ਤੁਹਾਨੂੰ ਯੈਲੋ ਰੰਗ ਦਾ ਉਹ ਸਾਹਮਣੇ ਯੈਲੋ ਰੰਗ ਦਾ ਗੇਟ ਦਿਖਦਾ ਹੋਊਗਾ ਉੱਥੇ ਗਾਗਰ ਕੌਂਡਾ ਅੱਗੇ ਮੈਂ ਕਿਸੇ ਦੇ ਫੋਨ ਤੋਂ ਯੂਮ ਕਰਕੇ ਦੇਖਿਆ ਸੀਗਾ ਬਾਬਾ ਜੀ ਅੰਦਰ ਕਿਵੇਂ ਗਾਗਰ ਭਰਦੇ ਅਤੇ ਅਰਦਾਸ ਹੁੰਦੀ ਆ ਅਰਦਾਸ ਇੰਨੀ ਕੁ ਸੋਹਣੀ ਹੁੰਦੀ ਆ ਨਾ ਬਹੁਤ ਜ਼ਿਆਦਾ ਦੇਖੋ ਤੁਸੀਂ ਅੱਗੇ ਕਿੰਨਾ ਕਿੰਨੀ ਸ਼ਾਂਤੀ ਆ ਕਿੰਨਾ ਸੰਗਤ ਦੇ ਵਿੱਚ ਪਿਆਰ ਆ ਇਸ ਗਾਗਰ ਕੌਂਡ ਦੇ ਵਿੱਚੋਂ ਗਾਗਰ ਭਰਦੇ ਆ ਅਰਦਾਸ ਹੁੰਦੀ ਆ ਬਹੁਤ ਪਿਆਰੀ ਅਰਦਾਸ ਹੁੰਦੀ ਆ ਬੋਲੇ ਸੋਹਣੇ ਵਾਲੇ ਜਕਾਰੇ ਲੱਗਦੇ ਆ ਸਾਰੀ ਸੰਗਤ ਵਾਹਿਗੁਰੂ ਦਾ ਜਾਪ ਕਰਦੀ ਆ ਸਤਨਾਮ ਦਾ ਜਾਪ ਕਰਦੀ ਆ ਇਸ ਗਾਗਰ ਕੌਂਡ ਦੇ ਅੱਗੇ ਕਿਸੇ ਨੂੰ ਜਾਣ ਦੀ ਹੈ ਨਹੀਂ ਪਰਮਿਸ਼ਨ ਇਹ ਬਾਬਾ ਜੀ ਹੋ ਜਾਂਦੇ ਆ ਸਾਹਮਣੇ ਦੇਖੋ ਫੋਨ ਦੇ ਵਿੱਚ ਦੇਖ ਰਹੇ ਆ ਨਾ ਉੱਥੋਂ ਬਾਬਾ ਜੀ ਹੁਣ ਗਾਗਰ ਭਰ ਰਹੇ ਆ ਗਾਗਰ ਉੱਥੋਂ ਅਰਦਾਸ ਹੋਊਗੀ ਅਰਦਾਸ ਹੋਣ ਤੋਂ ਬਾਅਦ ਸਾਰੀ ਸੰਗਤ ਵਾਪਸ ਸੱਚਖੰਡ ਨੂੰ ਜਾਊਗੀ ਸਾਰੀ ਸੰਗਤ ਫਿਰ ਉੱਥੋਂ ਇੱਕ ਗਾਗਰ ਬੋਲੀ ਸਾਹਿਬ ਦੇ ਵਿੱਚੋਂ ਭਰਦੇ ਆ ਆਹ ਦੇਖੋ ਹੁਣ ਬਾਬਾ ਜੀ ਵਾਪਸ ਜਾਂਦੇ ਹੋਏ ਤੁਸੀਂ ਚੈੱਕ ਕਰੋ ਦੇਖੋ ਕਰੋ ਦਰਸ਼ਨ ਬਾਬਾ ਜੀ ਦੇ ਗਾਗਰ ਮੋਢੇ ਦੇ ਉੱਤੇ ਰੱਖੀ ਹੋਈ ਆ ਸੰਗਤ ਬਾਬਾ ਜੀ ਦੇ ਨਾਲ ਜਾਣਾ ਚਾਹੁੰਦੀ ਆ ਪਰ ਹੁਣ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਵੀ ਸੰਗਤ ਇੰਨਾ ਧੱਕੇ ਕਿਉਂ ਮਾਰਦੀ ਆ ਵੀ ਕੀ ਹੌਲੀ ਹੌਲੀ ਪ੍ਰੇਮ ਪਿਆਰ ਦੇ ਨਾਲ ਬਾਬਾ ਜੀ ਦੇ ਨਾਲ ਤੁਰੋ ਪਿੱਛੇ ਤੁਰ ਲਓ ਜ਼ਰੂਰੀ ਨਹੀਂ ਆ ਆਪਾਂ ਅੱਗੇ ਹੀ ਤੁਰਨਾ ਥੋੜ੍ਹਾ ਪਿੱਛੇ ਤੁਰ ਲਓ ਕੋਈ ਚੱਕਰ ਨਹੀਂ ਗਾ ਦੇਖੋ ਸੰਗਤ ਚੈੱਕ ਕਰੋ ਵੀ ਇਹ 2 ਵਜੇ ਦਾ ਟਾਈਮ ਆ ਇੰਨੀ ਸ਼ਰਧਾ ਭਾਵਨਾ ਆ ਰਾਤ ਮੇਰੇ ਤੋਂ ਇੰਨੀਆਂ ਕਿ ਕਲਿੱਪਾਂ ਐਡ ਹੋਈਆਂ ਫਿਰ ਅਸੀਂ ਗਾਗਰ ਤੋਂ ਬਾਅਦ ਵਿੱਚ ਅਸੀਂ ਦਾਦੀ ਜੀ ਦਾ ਮੱਥਾ ਟਿਕਾਉਣ ਆਏ ਸੀਗੇ 7:30 ਦਾ ਟਾਈਮ ਆ ਤੁਸੀਂ 7:30 ਦਾ ਦ੍ਰਿਸ਼ ਦੇਖੋ ਸੰਗਤ ਆਈ ਜਾ ਰਹੀ ਆ ਜਾਈ ਜਾ ਰਹੀ ਆ ਸਾਹਮਣੇ ਬੌਲੀ ਸਾਹਿਬ ਆ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਨਾ ਇੱਥੇ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਆ ਮੇਨ ਜ਼ਿਆਦਾ ਇੱਥੇ ਨਾ ਦੁਸਹਿਰਾ ਅਤੇ ਹੋਲੀ ਮਨਾਈ ਜਾਂਦੀ ਆ ਦੁਸਹਿਰੇ ਅਤੇ ਹੋਲੀ ਦੇ ਉੱਤੇ ਜਿੰਨੀ ਇੱਥੇ ਰੌਣਕ ਹੁੰਦੀ ਆ ਨਾ ਉੰਨੀ ਇੱਥੇ ਕਿਤੇ ਵੀ ਰੌਣਕ ਨਹੀਂ ਹੁੰਦੀ ਵੈਸੇ ਤਾਂ ਰੋਜ਼ ਹੀ ਰੌਣਕ ਹੁੰਦੀ ਆ ਪਰ ਦੁਸਹਿਰੇ ਅਤੇ ਹੋਲੀ 'ਤੇ ਬਹੁਤ ਜ਼ਿਆਦਾ ਰੌਣਕ ਹੁੰਦੀ ਆ ਮੁਹੱਲੇ ਕੱਢੇ ਜਾਂਦੇ ਆ ਨਗਰ ਕੀਰਤਨ ਹੁੰਦੇ ਆ ਵੱਡੀਆਂ ਵੱਡੀਆਂ ਘੋੜ ਸਵਾਰੀਆਂ ਬਹੁਤ ਕੁਛ ਹੁੰਦਾ ਇੱਥੇ ਠੀਕ ਹੈ ਦੀਪਮਾਲਾ ਕੀਤੀ ਜਾਂਦੀ ਆ ਦੀਪਮਾਲਾ ਤੋਂ ਨਾ ਇੱਕ ਦਿਨ ਬਾਅਦ ਜਿੰਨੇ ਗੁਰੂ ਮਹਾਰਾਜ ਦੇ ਸ਼ਾਸਤਰ ਆ ਨੇ ਇੱਥੇ ਸਾਰਿਆਂ ਦੀ ਸੇਵਾ ਕੀਤੀ ਜਾਂਦੀ ਆ ਜਿੰਨੇ ਵੀ ਇੱਥੇ ਸ਼ਾਸਤਰ ਆ ਤੁਹਾਨੂੰ ਪਤਾ ਇਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਕੀ ਆ ਇਤਿਹਾਸ ਆ ਮੈਂ ਤੁਹਾਨੂੰ ਅੱਗੇ ਦਿਖਾਊਂਗਾ ਤੁਸੀਂ ਪੌਜ਼ ਕਰਕੇ ਨਾ ਇਤਿਹਾਸ ਵੀ ਪੜ੍ਹ ਸਕਦੇ ਜਿਹੜੇ ਨਹੀਂ ਆਏ ਜਿਹੜੇ ਆਏ ਆ ਉਹਨਾਂ ਨੂੰ ਤਾਂ ਸ਼ਾਇਦ ਪਤਾ ਹੋਊਗਾ ਇਹ ਸੱਚਖੰਡ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਸੱਚਖੰਡ ਆ ਇੱਥੇ 24 ਘੰਟੇ ਬਾਬਾ ਜੀ ਹਾਜ਼ਰ ਨਾ ਹਾਜ਼ਰ ਰਹਿੰਦੇ ਆ 24 ਘੰਟੇ ਇੰਨੀ ਸ਼ਕਤੀ ਵਾਲੀ ਜਗ੍ਹਾ ਹੈ ਨਾ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਆਪ ਹੀ ਤੁਸੀਂ ਚੈੱਕ ਕਰੋ ਆ ਸਾਰਾ ਲਿਖਿਆ ਹੋਇਆ ਕੀ ਹੁਕਮਨਾਮਾ ਲਿਆ ਸੀ ਕਿਵੇਂ ਹੋਇਆ ਸੀ ਕਿ ਕਿਵੇਂ ਇੱਥੇ ਸੱਚਖੰਡ ਬਣਿਆ ਕਿੱਥੋਂ ਬਾਬਾ ਜੀ ਨੇ ਤੀਰ ਮਾਰਿਆ ਸੀ ਅਤੇ ਕਿੱਥੇ ਆ ਕੇ ਸੱਚਖੰਡ ਬਣਿਆ ਇੰਨੀ ਸ਼ਕਤੀ ਵਾਲੀ ਜਗ੍ਹਾ ਮੈਂ ਜ਼ਿੰਦਗੀ 'ਚ ਕਿਤੇ ਨਹੀਂ ਦੇਖੀ ਇੰਨਾ ਸਕੂਨ ਆ ਇੰਨੀ ਸ਼ਾਂਤੀ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਊਗੀ ਤਿੰਨੇ ਭਾਸ਼ਾ ਦੇ ਵਿੱਚ ਇੱਥੇ ਬਾਬਾ ਜੀ ਦਾ ਇਤਿਹਾਸ ਲਿਖਿਆ ਹੋਇਆ ਆ ਮਨਾਏ ਜਾਣ ਵਾਲੇ ਦਿਵਸ ਲਿਖੇ ਹੋਏ ਆ ਆਹ ਬੌਲੀ ਸਾਹਿਬ ਆ ਇੱਕ ਉੱਥੇ ਬੌਲੀ ਸਾਹਿਬ ਆ ਇੱਥੋਂ ਦੀ ਮੈਨੂੰ ਲੱਗਦਾ ਵੀ ਪੌੜੀਆਂ ਜਾਂਦੀਆਂ ਉੱਥੋਂ ਬਾਬਾ ਜੀ ਗਾਗਰ ਭਰ ਕੇ ਲੈ ਕੇ ਆਉਂਦੇ ਆ ਉਸ ਜਗ੍ਹਾ ਤੋਂ ਦੇਖੋ ਸੱਜੇ ਹੱਥ ਵੀ ਬੌਲੀ ਸਾਹਿਬ ਆ ਉਹ ਵੀ ਬੌਲੀ ਸਾਹਿਬ ਆ ਸਾਹਮਣੇ ਜਲ ਦਾ ਜਲ ਛਕਾਉਂਦੇ ਆ ਜਿੰਨੀ ਸੰਗਤ ਆਉਂਦੀ ਆ ਉਹਨਾਂ ਨੂੰ ਮੱਥਾ ਟੇਕਣ ਤੋਂ ਬਾਅਦ ਉੱਥੇ ਜਲ ਛਕਾਉਂਦੇ ਆ ਬੌਲੀ ਸਾਹਿਬ ਦਾ ਇਤਿਹਾਸ ਆ ਜਿਹੜਾ ਉਹ ਇੱਥੇ ਲੱਗਾ ਹੋਇਆ ਤੁਸੀਂ ਇੱਥੋਂ ਇਤਿਹਾਸ ਪੜ੍ਹ ਸਕਦੇ ਹੋ ਪੌਜ਼ ਕਰਕੇ ਪੜ੍ਹ ਲਿਓ ਜਾਂ ਜਿਵੇਂ ਗੂਗਲ 'ਤੇ ਚੈੱਕ ਕਰ ਲਿਓ ਆਹ ਬੌਲੀ ਸਾਹਿਬ ਦਾ ਇਤਿਹਾਸ ਆ ਬਾਕੀ ਜਿੰਨਾ ਕੁ ਮੈਨੂੰ ਪਤਾ ਮੈਂ ਓਨਾ ਕੁ ਦੱਸੀ ਜਾਂਦਾ ਜਿੰਨੀ ਕੁ ਮੈਨੂੰ ਐਕਸਪੀਰੀਅੰਸ ਆ ਓਨਾ ਕੁ ਮੈਂ ਵਲੋਗ ਨੂੰ ਐਡਿਟ ਕੀਤਾ ਜਾਂ ਬੋਲਿਆ ਜਾਂ ਸ਼ੂਟ ਕੀਤਾ ਕਿਉਂਕਿ ਹੁਣ ਜਿਵੇਂ ਤੁਸੀਂ ਦੇਖੋ ਵੀ ਗਾਗਰ ਭਰਨ ਗਏ ਸੀ ਮੇਰੇ ਕੋਲ ਅੱਧੀਆਂ ਕਲਿੱਪਾਂ ਹੀ ਸ਼ੂਟ ਹੋਈਆਂ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਜਿਵੇਂ ਜਿਵੇਂ ਮੈਂ ਐਕਸਪੀਰੀਅੰਸਡ ਹੋਊਂਗਾ ਉਵੇਂ ਉਵੇਂ ਮੈਂ ਤੁਹਾਨੂੰ ਹੋਰ ਜ਼ਿਆਦਾ ਚੀਜ਼ਾਂ ਦਿਖਾਊਂਗਾ ਕਿਉਂਕਿ ਮੇਰੀ ਆਦਤ ਆ ਮੈਂ ਘੁੰਮਦਾ ਫਿਰਦਾ ਹੀ ਰਹਿੰਦਾ ਬਹੁਤ ਚੀਜ਼ਾਂ ਮੈਨੂੰ ਦੇਖਣ ਨੂੰ ਮਿਲਦੀਆਂ ਸੁਣਨ ਨੂੰ ਮਿਲਦੀਆਂ ਸਿੱਖਣ ਨੂੰ ਮਿਲਦੀਆਂ ਉਹ ਮੈਂ ਤੁਹਾਨੂੰ ਵੀ ਦਿਖਾਇਆ ਕਰੂੰਗਾ ਨਾ ਵੀ ਕੀ ਚੀਜ਼ ਆ ਦੁਨੀਆਦਾਰੀ 'ਤੇ ਕੀ ਹੋ ਰਿਹਾ ਪਰ ਜੋ ਇੱਥੇ ਸ਼ਾਂਤੀ ਆ ਉਹ ਕਿਤੇ ਵੀ ਸ਼ਾਂਤੀ ਨਹੀਂ 100 ਤਰ੍ਹਾਂ ਦੀਆਂ ਟੈਨਸ਼ਨਾਂ ਦੇ ਵਿੱਚੋਂ ਨਿਕਲ ਕੇ ਇੱਥੇ ਸੁੱਖ ਸ਼ਾਂਤੀ ਦੇ ਵਿੱਚ ਆ ਗਿਆ ਸਾਹਮਣੇ ਸੱਚਖੰਡ ਨਿਸ਼ਾਨ ਸਾਹਿਬ ਖੱਬੇ ਹੱਥ ਬੌਲੀ ਸਾਹਿਬ
बहुत शांति आ, मौसम भी ठीक आ, गर्मी दुपहरे हो जाती है 2 बजे के करीब, सुबह शाम ना ठंड ना गर्मी। सामने देखो भी सचखंड, सचखंड के अंदरों दर्शन नहीं करवा देंगे, उत्थे मोबाइल बंद आ जमा, एक इतने तुम सैल्फी नहीं लै सकते। ठीक है, अगे तुम एक चीज़ होर दसदा मैं, ये आई चेक करो, इतने धन श्री गुरु गोबिंद सिंह जी महाराज में ना सत्तां थालां दे विच दाल का भोग लगता, वो दाल की एक दिन की भेटा 2100 रुपया। जे तुसी कल्ले ही मतलब दाल की सेवा करनी चाहते हैं ना, तुसी 2100 रुपये की उधरों एक नंबर गेट तो परची कटा के दरबार साहब दे विच सचखंड अरदास करा के वो तुहानू सरोपा भी देंगे, थोड़ी अरदास भी करनगे, तुसी जिहड़ी मर्जी अरदास करा लो। जे तां वैसे अरदास करवाउणी आ 150 रुपये लैंदे आ ते अरदास करदे आ, ठीक है। तो जे तुसी मतलब कि कल्ली दाल की भेटा करनी आ, ये 2100 रुपया भेटा, ये दाल सत्तां थालां दे विच गुरु महाराज जी नूं भोग लगता, उस तो बाद सारी संगत नूं दाल का सूप जिहड़ा वो पियाया जाता, वो तुहानूं मैं अगे अगे दिखाऊंगा भी वो किवें पियाया जाता, किवें सारी संगत इत्थे बैठदी आ। ठीक है, जे तुसी इहनूं पढ़ना ना, इहनूं थोड़ा जिहा यूम करके पढ़ लिओ ते देखो भी अगे अगे किवें हुंदा की सिस्टम आ सारा इत्थे। पर आ दाल दे भोग वाला तां ना बहुत सिरा लग गया, तुहानूं अगे अगे दिखाऊंगा भी किवें असीं भी दाल दा जिहड़ा भोग आ छकिया, किवें असीं उत्थे बैठे, की उत्थे होया, क्योंकि असीं भी 2100 रुपये वाली परची कटाई सी खब्बे हत्थ। ये गुरुद्वारे की ना बैकसाइड पर जिहड़ी संगत आउंदी, कईआं नूं पता नहीं लगता, सचखंड की बैकसाइड पर आ, उत्थे आ के तुसीं इहनूं दाल दा भोग छक सकदे आ। जे परची कटाउणी आ, कल्लिआं ने सेवा करनी आ, उह तुसीं उत्थे 1 नंबर गेट तों करा सकदे आ। ये देखो बैकसाइड ते गेट आ, उहदे नाल सज्जे हत्थ आ, ध्यान नाल चैक कर लिओ, जिन्हें भी इत्थे भेटा देनी हुई वो 1 नंबर गेट तो परची कटाओ तो दाल का भोग दी आपकी स्लिप कटवा सकते हैं। अगे तुसी एक क्लिप इंजॉय करो। तुसी दर्शन करो गुरुद्वारा लंगर साहब के, ये सज्जे हथ सचखंड ते खब्बे हथ गोदावरी नदी, जिथे तुहानूं रात दिखाया सी ना संगत बैठी हुई सी, ये वो जगह आ। हुण असीं चले आ गोदावरी नदी वल, उत्थे तुहानूं व्यू चैक करवाउणा किवें दा व्यू आ, गागर कुंड दे दर्शन करवाउणे आ। देखो आ खब्बे हथ मार्केट लगी हुई है, चुन्नियां चन्नियां पईआं, खाण पीण वालीआं दुकानां आ जाणियां रस्ते दे विच, लोक देखो आ उपरला दृश्य देखो, देखिया कि इन चिड़िया कट्ठिया पंजाब दे विच ना हो ही नहीं सकदियां, जिनी इत्थे शांति है ना, ये भी सारिया इत्थे ही आ गईं, ये भी सचखंड दे विच आ गईं हुई, ये भी देखदियां, ये भी किन्नी इत्थे सुकून आ, किन्नी शांति आ, अपने वाले तो मारी जांदे आ सारा कुछ, पूरी चहल बहल होई पई आ। सामने तुसीं चैक करो भी वह गागर कुंड आ गया सामने, इतों खब्बे हथ मुड़ के अपनी गोदावरी नदी आ, जितों के बाबा जी गागर भर के लैके जाते हैं, आ सामने गोदावरी नदी आ गई, गेट बनया हुआ है गागर कुंड का, इनू गागर मार्ग भी कह देंगे। चिड़िया तो पूरिया चहल बहल कर रही, खेड रही, मस्ती दे विच आ, ये शाम को रोज़ निकल दियाँ, ये 5:30-6 बजे निकल जांदियाँ, क्योंकि सुबह गर्मी होंदी है नहीं निकल जाते इन्हों, पर 6 बजे तो बाद सारी दुनिया इन्हों की ही होंगी। सज्जे हथ गागर जिहड़ा गागर कुंड का गुरद्वारा साहब वो बनया हुआ, वो थोनों मैं जो किस दिन स्पैशल जाके दर्शन करवा के लैके आऊँगा। तो इदों बाद पौड़ियाँ उतर के तो सज्जे हाथ ही गागर कुंड आ, सामने गोदावरी नदी आ गई। ये कहें भी यदिया सचा पौड़ियाँ ना जड़ियाँ, 81-82 पौड़ियाँ टोटल, जितों तक वो सामने थले शैड पाया हो ना, उतों तक पानी आ जाता जून जुलाई के बच्चे, जो मीह का मौसम होंगे ना, ये सारी भर जाती पूरी। हूँ तो मैंने मेरे लैवल पर खड़ी आप दे, बस मैनू मैं तलते खड़ी है। सामने तुसी चेक करो,
हाँ जी देखो आंदा ना सुकून मिलती ना मन शांति वीडियो देख के जो इतने आओगे ना वीडियो च तो कुछ भी नहीं जो आप दियाँ अखा की वीडियो ना तो कैप्चर करोगे ना बस आ देखो भी सामने हूँ मैंने मतलब 5:30-6 बजे का टाइम हो चुक सनसैट हो चुकया तो लोग इतने बहुत आते बैठन टेंशन दूर कर सामने सनसैट हो ही गया सामने गागर कुंड सामने गागर कुंड जोड़ा गुरद्वारा साहब आ सारिया पौड़िया रात संगत से सारिया पौड़िया मैं मतलब वो जगह तक गागर कुंड के लैवल तक ना पानी चढ़ जाता जून जुलाई के हूँ ना एक तुम्हें मैं होर चीज़ दिखा भी आ पानी रोकने वास्ते ना थोड़ा जहा पानी रोकने वास्ते पर सामने चैक करो साडा निवास स्थान है खब्बे हथ जी बिल्डिंग है ना साडा निवास स्थान आ अगे चैक करो बन बनाया होया बाबा जी ने इतने जोड़े बाबा जी है ना संत बाबा बलविंदर सिंह जी नरेंद्र सिंह जी जिनी उन्होंने इतने सेवा तो जिनी उन्होंने भी रबी रूह है ना उन्होंने दर्शन तुम कर लेना थोड़े सारे दुख दर्द दूर आ उन्होंने बन बनाया भी पानी थोड़ा जहा रुकया रवे लैवल च रवे तो एक मैं इतने होर चीज़ देखी थे ना पता नहीं भी किड़े धर्म को पूजते हैं जिमें आप श्री खंड पाठ साहब वे अपनी खेती नहीं हो जाती उमें इन्होंने भी जौं की खेती की हुई है ये हम ना गदाव मैनू ये लगता भी यह गोदावरी नदी में पूजन आए हैं जिहड़े लोग अगे देखो ये गोदावरी नदी में ना पूजन आए हैं फुल भेट करते आ बैठे हुए हैं ना इन्हों के हाथ से खेती इन्होंने गोदावरी नदी के तार देनी है कुछ फुल भेट करी जाते पर कुछ क कमले योजे जोड़े आपका कूड़ा इतने सट्टन आई जाते हैं पर उन्होंने इस चीज़ की महत्ता नहीं पता सामने साडा NRI निवास स्थान उन्होंने इस चीज़ की महत्ता नहीं पता भी असं क्यों ये गंद पाने अपने पंजाबी खा के लिफाफे लफूफे सारा कुछ चल नदी के ठीक है जिमें वेही नदी सी ना उवें ही हूँ इन्होंने आ फुल भेट किए हैं पर थोड़ा जा जाला इन्ना क्या क्योंकि पानी वग नहीं ना रहा पानी खड़ा होया तां करके इत्थे जाला पै गया हुण तुसीं अगे चैक करो भी आ जिहड़ा बन आ संगत इत्थे तुर के मजे लै के आउंदी आ दूर तक जाके थोड़े थोड़े विच्चों इन्हां ने खाल जे बनाए हुए आ भी पानी हिलदा जुलदा रहे पर यह पानी नूं रोकण वास्ते बहुत मजबूत बन दा बनाया हुआ आ देखो जोत जगा के इन्होंने गोदावरी नदी की हुण पूजा की फुल भेट किए हमने पता नहीं अगे अगे की करेंगे पर इन्होंने इतने ना बैठ के जिमें अपने तिया के गिद्धा पा के जाते हैं ना उमें इन्होंने उत्थे बह के आपका नाच गाना भी किया पता नहीं की किया अपन हम इन बारे पता नहीं ना आप बोल सकते हैं तो बाकी तुम गोदावरी नदी चैक करो कि सोहनी है तो किन्नी शांति है चल जो बन बने हुए ना ये रोज़ तुर के आने जाने का मैं तो फैन हो गया भी आप डेली जाइए और सिरे तक जाइए सिरे तो मुड़ के आईदा क्योंकि इतने शांति बहुत आ कोई चीक चंघाड़ा नहीं कुछ नहीं बहुत ज़्यादा शांति आ बहुत सोहनी चीज़ आ बाकी जड़ियाँ चिड़िया तो उड्डिया फिर उन्होंने नाल इन्ना क ज़्यादा प्रेम हो जाता भी अपना माण यह होंगे भी बस 5 बजे आप गोदावरी नदी पर जाके बैठ जाइए इतने होर भी बहुत कुछ आ देखने बहुत कुछ इन्ना कुछ ना कि तुम देख नहीं सकते खुले दिन लैके आओ कोई काली नहीं कोई इतने तंगी पेशी नहीं जिदन के असी आए हैं ना अपन इतने कुछ बाहर का खाना ना आप कोई फास्ट फूड खाना जोड़ा गुरद्वारा लंगर साहब है ना बाबा बलविंदर सिंह बाबा नरेंद्र सिंह उन्होंने लंगर के जिन्ना स्वाद जिनी क्वालिटी इन्ना स्वाद लंगर तुम जिंदगी कदे कित भी नहीं खाधा होगा यह नहीं भी सुबह दाल खा ली दुपहरे भी दाल खानी पऊ शाम भी दाल खानी पऊ उदू अगले दिन भी दाल खानी पऊ ना तिने टाइम अलग अलग तरह की चीज़ जो असी गागर तो वापस आए थे ना असी चाह छकनी सी चाह के नाल उन्हें काबली छोले तड़के हुए से वो खवाए क्या बात है पूरा आनंद आ गया हाँ तुम चैक करो भी ये जो बन है ना अगे थोनों दिखा होना मगरली क्लिप के पानी विचों क्रॉस हो रहा बहुत सोहनी चीज़ आ बहुत शांति आ इतने जेडे जेडे नहीं आए ना वो आओ दर्शन करके जाओ 10 दिन तो आयो ही आयो भी 10 दिन का प्रोग्राम थोड़ा इतने रहन का बने NRI निवास स्थान च रहो 400 रुपया थोड़े तो एक दिन का लेना इन्होंने हुण तुसीं अगे एक चैक करो भी ये अपने गुरद्वारा साहब आ गए गुरद्वारा भजनगढ़ साहब ये गोदावरी नदी के जमा नाल आ सामने खब्बे हथ लंगर साहब गुरद्वारा के सज्जे हथ निवास स्थान लोग खाई जाते पर इतने आइसक्रीम वगैरह लोग ज़्यादा खाते हैं फास्ट फूड वाल तो लोग नक ही नहीं करते क्योंकि लंगर ही गुरु घर का इन्ना क स्वाद आ भी अपना जी नहीं करता नाले आप इतों फास्ट फूड ही खाते आए हैं जे इतने आके तुम 10 दिन गुरु घर का लंगर छक लोगे तो दुख टुट जाएंगे ठीक है बाकी चलो कोई नहीं जिमें जिमें जिदी सोच आ उमें उमें करता है ना बाकी मेरा यह पहला ब्लॉग आ ना मैं बोलना आता ना मैं शूट करना आता ना मैं एडिटिंग करनी आती है अगे अगे तुम मेरे होर ब्लॉग देखियो ठीक है अज लई बहुत बहुत धन्यवाद खुश रहो।
ठीक है अगे अगे होर ब्लॉग देखियो आवे लगा मैं जरूर एक बारी मैसेज कॉम्प्लीमेंट कर दौ हौसला बढ़ जाता धन्यवाद।